ਜਿਹੜੇ ਪੁਰਾਣੇ ਲੋਕ ਸੀ ਨਾ ਪਹਿਲੇ, ਉਹ ਮਾਸ਼ਾਅੱਲਾ ਇੱਦਾਂ ਹੀ ਖਿਲਾਰਾ ਪਾ ਕੇ ਰੱਖਦੇ ਸੀ। ਅੱਛਾ, ਸਾਰੇ ਹੀ ਇੰਜ ਦੇ ਆ ਵੀਰੇ? ਬਾਜੀ ਤੁਸੀਂ ਸੈਲਫੀ ਖਿਚਾਉਣੀ ਮੇਰੇ ਨਾਲ? ਵੀ ਸਾਰੇ ਇੰਜ ਦੇ ਵਿੱਚ ਸੋਹਣੇ ਵੀ ਹੈਗੇ ਆ, ਵਿੱਚ ਥੋੜ੍ਹੇ ਜਿਹੇ ਡੀਸੈਂਟ ਵੀ ਹੈਗੇ। ਮੈਂ ਤਾਂ ਹੁਣ ਬਸ ਮਾਡਲ ਟਾਈਪ ਹਾਂ। ਅਤੇ ਮਾਡਲ ਕਿਤੇ ਸੱਟ ਲੱਗੀ ਵੀ ਇਹਦੇ 'ਚ ਮੈਂ ਰੂੰ ਕੱਢ ਕੇ ਆਪਣੇ ਪੱਟੀ 'ਤੇ ਲਾਉਣਾ, ਆਪਣੇ ਜ਼ਖਮ 'ਤੇ ਲਾਉਣਾ ਵਾ। ਆ ਬਣਦਾ ਬਾਜੀ ਇਹਦੇ ਤੋਂ ਪਤੀਸਾ? ਤੁਸੀਂ ਕਿਉਂ ਬੱਚਿਆਂ ਨੇ ਕੰਮ ਕਰਨ ਡੇ ਹੋ? ਅਤੇ ਵੀਰੇ ਚੰਗੀ ਗੱਲ ਨਹੀਂ ਆ ਕਿ ਕੰਮ ਹੀ ਆਏਗਾ ਤੁਹਾਡੇ ਪਤੀ? ਕੰਮ ਕਾਹਦਾ ਆਏਗਾ ਵੀ ਮੈਂ ਇਹਨੂੰ ਰੱਖ ਕੇ ਅੱਗ ਬਾਲਣੀ ਆ? ਲੈਓ ਇਹਨੂੰ। ਲੈ, ਕੈਸੀ ਗੱਲ ਕਰਨ ਡੇ ਤੁਸੀਂ ਵੀਰੇ? ਰੰਗ ਦੇਖੋ ਕਿੱਡਾ ਸੋਹਣਾ ਹੈ ਨਾ, ਸਪੈਸ਼ਲ ਮੰਗਾਇਆ। ਰੰਗ ਮੇਰਾ ਆਪਣਾ ਬਹੁਤ ਸੋਹਣਾ ਹੈਗਾ, ਵੇਖੋ ਫਾਈਨਲ ਕਲਰ ਹੈ। ਹੁਣ ਮੈਂ ਐਸੀ ਕੀਮਤੀ ਸ਼ੈ ਲਿਆਉਣੀ ਆ, ਤੁਸੀਂ ਸੋਚੀ ਪੈ ਜਾਣਾ ਕਿ ਐਸੀ ਕੀਮਤੀ ਸ਼ੈ ਇਹ ਲਿਆਈ ਕਿੱਥੋਂ ਆ। ਹੁਣ ਪਤਾ ਚੱਲੇਗਾ ਮੈਂ ਕਿੰਨੀ ਸਿਆਣੀ। ਤੇ ਕੀਮਤੀ ਸ਼ੈ ਹੀ ਲਿਆਈ, ਹੁਣ ਕੋਈ ਐਸੀ ਜਾਹਲ ਚੀਜ਼ ਨਾ ਲਿਆਈ, ਮੈਂ ਤੈਨੂੰ ਬੋਲ ਕੇ ਜਾਵਾਂ, ਗੁੱਸੇ ਹੋਵਾਂ। ਅੱਛਾ, ਗਲੀ ਮੁਹੱਲੇ ਵਾਲੇ ਕੋਈ ਤਮਾਸ਼ਾ ਵੇਖਣਗੇ? ਨਹੀਂ ਨਹੀਂ ਵੀਰੇ, ਡੇਢ ਘੰਟਾ ਹੋ ਗਿਆ ਤੇ ਮੇਰਾ ਇੱਥੇ ਟਾਈਮ ਜ਼ਾਇਆ ਕਰਤਾ ਵਾ। ਨਹੀਂ, ਇਸ ਵਾਰੀ ਐਸੀ ਕੀਮਤੀ ਸ਼ੈ ਹੋਣੀ ਆ, ਤੁਸੀਂ ਦੇਖਦੇ ਹੀ ਰਹਿ ਜਾਣਾ, ਉਹਦੀ ਚਮਕ ਦੇਖਦੇ ਰਹਿਣ। ਲੋਇਆ ਵੇਚ, ਡੈਲਣ ਵੇਚ, ਸੁੱਕੀ ਰੋਟੀ ਵੇਚ, ਨਵੀਂ ਫਰਿੱਜ ਵੇਚ, ਨਵੇਂ ਬਰਤਨ ਵੇਚ, ਬੈੱਡਸ਼ੀਟ ਵੇਚ, ਨਵੀਂ ਸੀਟ ਵੇਚ, ਲੋਇਆ ਡੈਲਣ ਵੇਚ, ਲੋਇਆ ਵੇਚ, ਡੈਲਣ ਵੇਚ, ਪਲਾਸਟਿਕ ਵੇਚ, ਨਵੇਂ ਬਰਤਨ ਵੇਚ, ਕਿਚਨ ਦਾ ਸਮਾਨ ਵੇਚ, ਪਰੌਂਠੇ ਵੇਚ, ਹਾਂਡੀ ਵੇਚ। ਲੋਇਆ ਜੀ, ਹਾਏ ਹਾਏ, ਆ ਕੌਣ ਆ? ਲੋਇਆ ਵੇਚ, ਪਤੀਸੇ ਵਾਲਾ ਭਾਈ ਆ। ਵੀਰੇ ਰੁਕੀ ਜ਼ਰਾ, ਇੱਧਰ ਆਈ। ਪਤਾ ਕੀ ਇੰਨਾ ਜੀ ਕਰਦਾ ਸੀ ਅੱਜ ਮੇਰਾ ਪਤੀਸਾ ਖਾਣ ਨੂੰ, ਹੈ ਭਾਈ ਲੱਭ ਹੀ ਗਿਆ। ਸਲਾਮ ਅਲੈਕੁਮ ਬਾਜੀ। ਵਾਲੇਕੁਮ ਸਲਾਮ। ਵੀਰੇ ਕਿੱਦਾਂ? ਵਧੀਆ। ਹਾਂਜੀ, ਸ਼ੁਕਰ ਅੱਲਾ ਦਾ। ਵੀਰੇ ਹੋਰ ਘਰ ਬਾਰ ਸਭ ਠੀਕ ਆ? ਹਾਂਜੀ, ਸਭ ਠੀਕ ਠਾਕ ਆ। ਅੱਛਾ, ਕਿੰਨੇ ਭੈਣ ਭਰਾ ਤੁਸੀਂ? ਭੈਣ ਵੀ ਕੰਮ ਦਾ ਟਾਈਮ, ਭੈਣ ਭਰਾ ਬਾਜੀ 6 ਭਾਈ ਆ ਤੇ 4 ਭੈਣਾਂ ਵਾ। ਹੇ, ਇੰਨਾ ਖਿਲਾਰਾ ਕਿਉਂ ਵੀਰੇ? ਇੰਨਾ ਖਿਲਾਰਾ ਕਿਤੇ ਬਾਜੀ, ਬਾਲਣ ਖਿਲਾਰਦਾ ਸੀ, ਕੂੜਾ ਖਿਲਾ ਰਿਹਾ ਸੀ। ਭੈਣ ਭਰਾ ਦੱਸਿਆ, ਲਾਦ ਦੀ ਦੱਸੀ ਤੁਹਾਨੂੰ? ਨਹੀਂ ਮੰਨਿਆ, ਹੁਣ 2 ਹੋਣ, 3 ਹੋਣ, 4 ਤੱਕ ਬਹੁਤ ਹੁੰਦੇ ਆ। ਵੀ ਉਹ ਤੁਹਾਡੇ ਤੱਕ ਹੋਣੇ ਬਹੁਤ ਜੀ, ਜਿਹੜੇ ਪੁਰਾਣੇ ਲੋਕ ਸੀ ਨਾ ਪਹਿਲੇ, ਉਹ ਮਾਸ਼ਾਅੱਲਾ ਇੱਦਾਂ ਹੀ ਖਿਲਾਰਾ ਪਾ ਕੇ ਰੱਖਦੇ ਸੀ। ਅੱਛਾ, ਸਾਰੇ ਹੀ ਇੰਜ ਦੇ ਆ ਵੀਰੇ? ਬਾਜੀ ਤੁਸੀਂ ਸੈਲਫੀ ਖਿਚਾਉਣੀ ਮੇਰੇ ਨਾਲ? ਵੀ ਸਾਰੇ ਇੰਜ ਦੇ ਵਿੱਚ ਸੋਹਣੇ ਵੀ ਹੈਗੇ ਆ, ਵਿੱਚ ਥੋੜ੍ਹੇ ਜਿਹੇ ਡੀਸੈਂਟ ਵੀ ਹੈਗੇ। ਮੈਂ ਤਾਂ ਹੁਣ ਬਸ ਮਾਡਲ ਟਾਈਪ ਹਾਂ। ਅਤੇ ਮਾਡਲ? ਹਾਂਜੀ। ਨਹੀਂ ਹੁੰਦੇ, ਡਰਾਉਣੇ ਵੀ ਹੁੰਦੇ ਹੋਣੇ ਮਾਡਲ। ਅੱਛਾ, ਆਪਾਂ ਰਿਹਾਇਸ਼ ਕਿੱਥੇ ਆਪਣੀ? ਬਾਜੀ ਗੱਲ ਕੀ ਆ, ਉਹਦਾ ਤਾਂ ਪਤਾ ਲੱਗੇ ਵੀ ਰਿਹਾਇਸ਼ ਕੀ ਆ ਅਤੇ ਉਹ ਕੀ ਆ ਅਤੇ ਕਿੰਨੇ ਭੈਣ ਭਰਾ। ਹਾਏ ਹਾਏ ਵੀਰੇ, ਉਹੀ ਮੈਂ ਤੁਹਾਨੂੰ ਛਾਵਾਂ ਲਿਆ ਕੇ ਦਿੰਦੀ, ਮੈਂ ਪਤੀਸਾ ਲੈਣਾ। ਹਾਂ, ਮੈਂ ਇੱਥੇ ਲਾਗੇ ਹੀ ਰਹਿੰਦਾ ਵਾਂ, ਲਕਸ਼ਮੀ ਚੌਂਕ ਦੇ ਕੋਲ। ਅੱਛਾ ਅੱਛਾ। ਹਾਂਜੀ। ਨਹੀਂ ਵੀਰੇ, ਵਿਆਹ ਹੋਇਆ? ਬਾਜੀ ਵਿਆਹ ਹੋਇਆ ਵਾ, ਵਿਆਹ ਬੱਚਿਆਂ ਦੀ ਖਾਤਰ ਲੱਗੇ ਹੋਏ ਆ। ਉਹ ਕਿੰਜ ਹੋ ਗਿਆ? ਇੰਜ। ਅੱਛਾ, ਰਿਸ਼ਤੇਦਾਰ ਸੀ ਜਾਂ ਗੈਰ ਸੀ? ਚਲੋ, ਉਹ ਗੈਰ ਕਿੱਥੇ ਸੀ, ਮਤਲਬ ਜਿਹੜਾ ਕੋਈ ਰਿਸ਼ਤਾ ਦੇ ਦੇਵੇ ਉਹ ਗੈਰ ਨਹੀਂ ਹੁੰਦਾ, ਉਹ ਆਪਣਾ ਹੀ ਹੁੰਦਾ ਵਾ। ਵੀਰੇ ਆਪਣੇ ਜ਼ਹਿਰ ਖਾਂਦੇ ਆ, ਅੱਖੋਂ ਦੇਖੇ ਕੌਣ ਨਿਕਲਦਾ ਇੰਜ ਬੇਗਾਨਾ ਜ਼ਹਿਰ। ਭੈਣ ਜਿਹੜਾ ਕੋਈ ਕੰਮ ਆ ਮੈਨੂੰ ਉਹ ਦੱਸ, ਮੇਰੀ ਭੈਣ ਨੂੰ ਕੋਈ ਗੱਲ ਹੈ ਕਰਨ ਵਾਲੀ? ਮਤਲਬ ਵੀ ਆਪਣੇ ਜ਼ਹਿਰ ਖਾਂਦੇ ਆ ਜਾਂ ਉਹ ਹੀ ਕਰਦੇ ਆ, ਇਹ 'ਚ ਕਿਹੜੀ ਗੱਲ ਹੋ ਗਈ ਜ਼ਹਿਰ ਖਾਣ ਖੁਣ ਵਾਲੀ? ਵੀ ਉਹਨਾਂ ਨੇ ਰਿਸ਼ਤਾ ਦਿੱਤਾ, ਮੇਰਾ ਵਿਆਹ ਹੋ ਗਿਆ ਉੱਥੇ। ਇਹ ਉਂਝ ਪੁੱਛ ਰਹੀ ਆ। ਉਂਝ ਤੁਸੀਂ ਕਿਉਂ ਪੁੱਛ ਰਹੇ ਬਾਜੀ? ਮੈਂ ਕੋਈ ਤੁਹਾਡੇ ਕੋਲ ਰਿਸ਼ਤਾ ਹੈਗਾ ਤੁਹਾਡੇ ਕੋਲ ਵੀ? ਭਾਈ ਮੈਂ ਆਪਣੇ ਭਰਾ ਸੋਹਣੇ ਦਾ ਰਿਸ਼ਤਾ ਕਿਤੇ ਕਰਾਵਾਂ? ਨਹੀਂ, ਸੋਹਣਾ ਹੋਵੇ ਤਾਂ ਫਿਰ ਰੇਂਜ ਆਵੇ। ਵੀਰੇ ਉਂਝ ਕਿੰਨੇ ਵਿਆਹ ਹੋਏ ਆ?
ਉਹ ਭੈਣ ਇੱਕ ਹੀ ਵਿਆਹ ਵਾ, ਵਿਆਹ ਕਿਤੇ ਕੋਈ ਟਾਸ ਹੁੰਦਾ ਵਾ ਵੀ ਵਿਆਹ ਠੱਕ ਠੱਕ ਵਿਆਹ ਹੋਈ ਜਾਂਦੇ। ਇੱਕ ਹੀ ਔਖਾ ਹੁੰਦਾ ਅਤੇ ਦੂਜਾ ਕਿੱਥੇ ਹੋਣਾ ਸੀ, ਇਹ ਵੀ ਸਹੀ ਗੱਲ ਆ। ਔਖਾ ਕਿੱਦਾਂ ਹੋ ਗਿਆ ਵਿਆਹ, ਮਸਲ ਜੇਲ੍ਹ 'ਚ ਸੀ ਮੈਂ, ਮੇਰਾ ਵਿਆਹ ਜਦੋਂ ਹੋਇਆ ਵਾ। ਲੈ ਉਹ ਅੰਨੀ ਹੁਣੇ ਜਿਹਨੇ ਵਿਆਹ ਕੀਤਾ ਹੋਣਾ, ਅੰਨੀ ਕਿੱਦਾਂ, ਮਸਲ ਉਹਨੂੰ ਮਿਹਨਤੀ ਬੰਦਾ ਲੱਭਿਆ, ਖੂਬਸੂਰਤ ਬੰਦਾ ਲੱਭਿਆ, ਅੰਨੀ ਕਿੱਦਾਂ ਉਹਨੇ ਹੋ ਜਾਣਾ ਖੂਬਸੂਰਤ। ਕਿੰਨੇ ਨਿਆਣੇ ਆ? ਨਿਆਣੇ ਤਾਂ ਮੇਰੇ ਦੋ ਬੇਟੇ ਅਰਸ਼ਦ ਕਾਸਮ। ਵੀਰੇ ਉਹ ਤੁਹਾਡੇ 'ਤੇ ਤਾਂ ਨਹੀਂ ਨਾ ਗਏ? ਚਲੋ ਹੋਰ ਉਹਨਾਂ ਨੇ ਕਿੱਥੇ ਜਾਣਾ, ਮੈਂ ਗਲੀ ਮਹੱਲੇ 'ਚ ਜਾਣਾ ਉਹਨਾਂ ਨੇ ਕਿਤੇ, ਮੇਰੇ 'ਤੇ ਹੀ ਜਾਣਾ ਵਾ ਬਾਜੀ, ਤੂੰ ਕਿਹੜੀਆਂ ਗੱਲਾਂ ਕਰਨ ਡਈ? ਲੈ ਵੀ ਉਹ ਤੁਹਾਡੇ 'ਤੇ ਨਹੀਂ ਗਏ, ਹੋਰ ਉਹਨਾਂ ਨੇ ਕਿੱਥੇ ਜਾਣਾ, ਜਾਂ ਸਕੂਲੇ ਜਾਂਦੇ ਬਸ, ਜਾਂ ਆਪਣੀ ਦਾਦੋ ਵੱਲ ਜਾਂਦੇ ਆ? ਨਹੀਂ ਨਹੀਂ ਸ਼ਕਲ ਸੂਰਤ ਤੋਂ ਕਿਹਾ। ਅੱਛਾ ਸ਼ਕਲ ਸੂਰਤ, ਮਾਂ ਪਿਓ ਦੀ ਔਲਾਦ, ਮਾਂ ਪਿਓ ਦੇ ਔਲਾਦ ਜਾਂਦੀ, ਹੋਰ ਕਿੱਥੇ ਜਾਂਦੀ? ਨਹੀਂ ਹੁਣ ਪਿਓ ਪਾਟੇ ਡੱਡੂ ਵਰਗਾ ਨਿਕਲ ਆਏ ਅਤੇ ਨਿਆਣੇ ਵੀ ਨਿਕਲਣ, ਕਹਿੰਦੇ ਨਿਆਣੇ ਵੀ ਕਿੱਦਾਂ? ਲੈ ਕੋਈ ਗੱਲ ਕਰਨ ਵਾਲੀ ਭੈਣ ਕਰ, ਤੂੰ ਗੱਲ ਤਾਂ ਸਾਰੀ ਗਲਤ ਕਰੀ ਜਾਂਦੀ, ਜਿਸ ਕੰਮ ਨੇ ਮੈਨੂੰ ਖਿਲਾਰਿਆ ਔਰ ਦੱਸ ਲੈ ਵੇ। ਹਾਂ ਅੱਛਾ ਵੀਰੇ, ਕਿਹਦੀ ਕਿਹਦੀ ਸ਼ਾਇਦ ਤੋਂ ਪਤੀਸਾ ਦੇ ਰਹੇ ਹੋ? ਮੈਂ ਸਿਰਫ ਕੁਆੜ ਵੇਚ ਰਿਹਾ, ਲੈ ਰਿਹਾ, ਜੇ ਤਾਂ ਤੁਸੀਂ ਪਤੀਸਾ ਵੀ ਲੈਣਾ, ਪਤੀਸਾ ਵੀ ਤੁਹਾਨੂੰ ਮਿਲ ਜਾਏਗਾ, ਅੱਛੀਆਂ ਚੀਜ਼ਾਂ ਦਾ, ਜਿੱਦਾਂ ਦਾ ਵੀ ਕੋਈ ਸਮਾਨ ਹੋਏਗਾ ਉਸ ਹਿਸਾਬ ਨਾਲ ਅਸੀਂ ਤੁਹਾਨੂੰ ਦੇ ਦਿਆਂਗੇ। ਅੱਛਾ ਅਤੇ ਮਤਲਬ ਇੰਨੀ ਕੁ ਸ਼ਾਇ ਅਗਰ ਤੁਹਾਨੂੰ ਦਈਏ ਤਾਂ ਫਿਰ ਕਿੰਨਾ ਕੁ ਪਤੀਸਾ ਦਿਓਗੇ ਤੁਸੀਂ? ਪਤੀਸਾ ਮੈਂ ਸਾਰਾ ਹੀ ਦੇ ਦੇਣਾ ਤੁਹਾਨੂੰ, ਇੰਨੀ ਕੁ ਸ਼ਾਇ ਦਾ ਉਹਨੂੰ ਦਾ ਵਜ਼ਨ ਕਰਾਂਗਾ, ਵੇਖਾਂਗਾ ਕਿ ਮੇਰੇ ਲੈਣ ਦੇ ਕਾਬਲ ਹੈ ਵਾ ਜਾਂ ਨਹੀਂ, ਜੇ ਲੈਣ ਦੇ ਕਾਬਲ ਹੋਏਗੀ ਤਾਂ ਤੁਹਾਨੂੰ ਮੈਂ ਪਤੀਸਾ ਦੇ ਦਾਂਗਾ, ਜੇ ਪੈਸੇ ਲੈਣੇ ਤਾਂ ਪੈਸੇ ਲੈ ਲੈਣਾ ਉਹਦੇ ਤੁਸੀਂ ਮੇਰੇ ਕੋਲ। ਪਤੀਸੇ 'ਚ ਕਿਹੜਾ ਘਿਓ ਪਾਇਆ, ਦੇਸੀ ਘਿਓ ਪਾਇਆ? ਵੀਰੇ ਨਾਨਕਿਆਂ ਨੂੰ ਹੋਣਾ ਘਿਓ, ਮਤਲਬ ਦੇਸੀ ਪਤੀਸਾ ਮਤਲਬ ਹੈ ਵੀ ਤੈਨੂੰ ਘਿਓ ਦੇਸੀ ਪਾ ਕੇ ਤਾਂ ਆਈਏ, ਉਹ ਦਸ ਦਸ ਰੁਪਏ ਦਾ, ਵੀਹ ਵੀਹ ਰੁਪਏ ਦਾ ਲੋਕ ਲੈਣ ਡੇ, ਇਹਦੇ ਵਿੱਚ ਦੇਸੀ ਘਿਓ ਪਾਉਣਾ ਵਾ? ਲੈ ਹੁੰਦਾ ਵਾ, ਕੁਆਲਿਟੀ ਵੀ ਚੰਗੀ ਹੋਣੀ ਚਾਹੀਦੀ। ਉਹ ਹੁੰਦਾ ਕੁਆਲਿਟੀ ਕਿਤੇ, ਮਤਲਬ ਗੁਰਮੇ ਵਾਲੇ ਕੋਲ ਗਈ ਹੈ ਤੂੰ, ਮਤਲਬ ਤੈਨੂੰ ਐਡਾ ਮਤਲਬ ਚਾਹੀਦਾ ਵਾ ਕੁਆਲਿਟੀ? ਨਹੀਂ ਖੰਡ ਖੁੰਡ ਕਿਹਦੀ ਲੋਕਲ ਪਾਉਂਦੇ ਆ ਕਿ ਬ੍ਰਾਂਡ ਤੋਂ? ਨਹੀਂ ਖੰਡ ਲੋਕਲ ਵੀ ਹੁੰਦੀ, ਗਿਆ ਸੀ ਬਾਜੀ ਤੂੰ ਘਟੀਆ ਗੱਲ ਕਰਨ ਨਹੀਂ, ਮੈਨੂੰ ਤਾਂ ਆਹ ਕੀ ਆ, ਖੰਡ ਲੋਕਲ ਵੀ ਹੁੰਦੀ ਹੈ ਅਤੇ ਜੁੱਤੀ ਭੱਜ ਭੱਜ ਜਾਂਦੀ, ਉਹਨੂੰ ਵੀ ਤਾਂ ਕਬੂਲ ਨਹੀਂ ਹੈਗਾ। ਚਲੋ ਉਹ ਬਾਜੀ ਉਤਰੇ, ਉਹਦੇ 'ਚ ਪੈਰ ਵੱਜ ਗਿਆ, ਇਹ 'ਚ ਕਿਹੜਾ ਕੋਈ ਮਸਲਾ ਵਾ? ਅੱਛਾ ਸਿਰਫ ਸੁੱਕੀਆਂ ਰੋਟੀਆਂ ਲੈਂਦੇ, ਪੀਜ਼ਾ ਪੂਜ਼ਾ ਵੀ ਲੈ ਲੈਂਦੇ ਉਹ ਨਾਲ? ਚਲੋ ਨਾਲ ਕੋਫਤੇ ਵੀ ਲਈਦੇ, ਨਾਨ ਵੀ ਲੈ ਲਈਦੇ, ਰਾਇਤਾ ਸਲਾਦ ਵੀ ਲੈ ਲਈਦਾ ਵਾ, ਵੀ ਸੁੱਕੀਆਂ ਰੋਟੀਆਂ ਹੀ ਹੁੰਦੀਆਂ ਵਾ। ਪਰ ਇੱਕ ਮਸਲਾ ਵਾ ਵੀਰੇ। ਉਹ ਕਿਹੜਾ ਮਸਲਾ ਵਾ ਜਿਹੜਾ ਤੈਨੂੰ ਹਜੇ ਤੱਕ ਪਤਾ ਹੀ ਨਹੀਂ ਚੱਲਿਆ? ਮੈਨੂੰ ਅੱਧਾ ਘੰਟਾ ਹੋ ਗਿਆ ਅਜੇ ਤੱਕ ਖਲੋਤੇ ਆ। ਨਹੀਂ ਉਹ ਸੁੱਕੀਆਂ ਰੋਟੀਆਂ ਤਾਂ ਹੈ ਸੀ, ਉਹਨਾਂ 'ਤੇ ਪਾਣੀ ਰੁੜ ਗਏ, ਗਿੱਲੀਆਂ ਹੋ ਗਈਆਂ, ਗਿੱਲੀਆਂ ਚੱਲਣਗੀਆਂ? ਚਲੋ ਚੱਲ ਜਾਣਗੀਆਂ, ਉਹ ਤਾਂ ਚੱਲ ਜਾਣਗੀਆਂ, ਕੋਈ ਗੱਲ ਨਹੀਂ, ਥੋੜ੍ਹਾ ਜਿਹਾ ਪਾਣੀ ਝਾੜ ਲਓ ਜ਼ਰਾ ਇੱਕ ਵਾਰੀ। ਅੱਛਾ ਆਪ ਹੀ ਨਾ ਖਾ ਜਾਈਓ? ਚੱਲ ਡੰਗਰ ਆ ਮੈਂ ਵੀ ਆਪ ਖਾ ਲੈਣੀ, ਕੈਸੀ ਗੱਲ ਬੀਬੀ ਤੂੰ ਕਰ ਰਹੀ? ਵੀਰੇ ਘੱਟ ਵੀ ਨਹੀਂ ਤੁਸੀਂ, ਮੈਂ ਜਿੰਨੀ ਗੱਲ ਕੀਤੀ ਹੈਗੀ। ਫਿਰ ਰੁਕੋ ਮੈਂ ਸ਼ੈਵਾਂ ਲੈ ਕੇ ਆਉਂਦੀ ਹਾਂ ਅਤੇ ਤੁਸੀਂ ਨਾ ਮੈਨੂੰ ਵਧੀਆ ਜਿਹਾ ਪਤੀਸੇ ਵਾਲਾ ਪੈਕਟ ਨਾ ਕੱਢ ਕੇ ਦੇ ਦਿਓ ਫਟਾਫਟ, ਮੈਂ ਲੈ ਕੇ ਆਉਂਦੀ। ਲੈਣਾ ਪਤੀਸਾ ਵਾ ਤਾਂ ਘੰਟਾ ਹੋ ਗਿਆ ਮੇਰੇ ਕੋਲ ਪੁਣ ਛਾਣ ਕਰਨ ਨਹੀਂ, ਜਿਵੇਂ ਕੋਈ ਧੀ ਪੁੱਤਰ ਦਾ ਕੋਈ ਰਿਸ਼ਤਾ ਕਰਨ ਦਾ। ਦੱਸ ਯਾਰ ਲੋਇਆ ਵੇ ਪਲਾਸਟਿਕ ਵੇਚ। ਮੈਂ ਤੁਹਾਡੇ ਵਾਸਤੇ ਇੰਨੀ ਵਧੀਆ ਸ਼ੈ ਲੈ ਕੇ ਆਈ ਨਾ, ਤੁਸੀਂ ਖੁਸ਼ੀ ਨਾਲ ਪਤੀਸਾ ਦੇ ਦੇਣਾ। ਠੀਕ ਹੈ ਬਹੁ, ਬਹੁਤ ਮੇਰੀ ਲਾਡਲੀ ਅਤੇ ਕੀਮਤੀ ਸ਼ੈ ਵਾ, ਤੁਸੀਂ ਸੰਭਾਲ ਕੇ ਰੱਖਣੀ। ਅੱਛਾ ਅੱਛਾ ਜੀ, ਹਾਂਜੀ ਆਲੋ। ਨਹੀਂ ਉਹ ਸ਼ੈ ਕਿੱਥੇ ਜਿਹੜੀ ਤੁਸੀਂ ਕਹਿਣ ਡੇ? ਇਹ ਭੈਣੇ ਇਹ ਤੋਂ ਹੀ ਦੇਣਾ ਤੁਸੀਂ ਪਤੀਸਾ ਮੈਨੂੰ, ਆਹ ਲੈ ਲਓ। ਇਹ ਤੋਂ ਦੇਣਾ ਮੈਂ ਤੁਹਾਨੂੰ? ਹਾਂ ਕੀ ਗੱਲ ਹੋ ਗਈ, ਇੱਥੇ ਬੈੱਡ ਲੱਗਾ ਵੀ, ਇੱਥੇ ਮੈਂ ਇੰਝ ਕਰਕੇ ਸੌਂ ਜਾਣਾ ਇਹਦੇ 'ਤੇ, ਇਹ ਤੋਂ ਕੌਣ ਦਿੰਦਾ ਵਾ? ਮੈਨੂੰ ਤਾਂ ਤੇਰੀ ਇਹਦੀ ਸਮਝ ਲੱਗਣ ਡਈ ਹੈ ਵੀ ਕਿਤੇ ਸੱਟ ਲੱਗੀ ਵੀ ਇਹਦੇ 'ਚ ਮੈਂ ਰੂੰ ਕੱਢ ਕੇ ਆਪਣੇ ਪੱਟੀ 'ਤੇ ਲਾਉਣਾ, ਆਪਣੇ ਜ਼ਖਮ 'ਤੇ ਲਾਉਣਾ ਵਾ, ਆਹ ਬਣਦਾ ਬਾਜੀ ਇਹਦੇ ਤੋਂ ਪਤੀਸਾ? ਤੁਸੀਂ ਕਿਉਂ ਬੱਚਿਆਂ ਨੇ ਕੰਮ ਕਰਨ ਡੇ ਹੋ?
ਤੇ ਵੀਰੇ ਚੰਗੀ ਗੱਲ ਨਹੀਂ ਆ ਕਿ ਕੰਮ ਹੀ ਆਏਗਾ ਤੁਹਾਡੇ ਪਤੀ ਕੰਮ ਕਾਹਦਾ ਆਏਗਾ ਵੀ ਮੈਂ ਇਹਨੂੰ ਰੱਖ ਕੇ ਅੱਗ ਬਾਲਣੀ ਆ ਲੈਓ ਇਹਨੂੰ ਲੈ ਕੈਸੀ ਗੱਲ ਕਰਨ ਦੇ ਤੁਸੀਂ ਵੀਰੇ ਰੰਗ ਦੇਖੋ ਕਿੱਡਾ ਸੋਹਣਾ ਹਨਾ ਸਪੈਸ਼ਲ ਮੰਗਾਇਆ ਰੰਗ ਮੇਰਾ ਆਪਣਾ ਬਹੁਤ ਸੋਹਣਾ ਹੈਗਾ ਵੇਖੋ ਫਾਈਨਲ ਕਲਰ ਹੈ ਨਹੀਂ ਨਹੀਂ ਲੱਗ ਰਿਹਾ ਲੱਥਦਾ ਵੀ ਨਹੀਂ ਹੋਣਾ ਨਹੀਂ ਕਿਹੜਾ ਕੱਚਾ ਰੰਗ ਹੈ ਬਾਜੀ ਪੱਕਾ ਵਾ ਪੱਕਾ ਰੰਗ ਹੈ ਤੇ ਆਹ ਲੱਥ ਜਾਣਾ ਲੈਓ ਪਰੇ ਦਿਮਾਗ ਖਰਾਬ ਕਰਨ ਦੇ ਮੇਰੇ ਸਿਰ ਸਿਰੇ ਰੋਜ਼ੀ ਦਾ ਟਾਈਮ ਆ ਤਾਂ ਤੁਸੀਂ ਪਤਾ ਨਹੀਂ ਕੀ ਕਰਨ ਡੇ ਹੋ ਚਲੋ ਇਹਨਾਂ ਨਹੀਂ ਮਿਲਣਾ ਪਤੀਸਾ ਇਹਦੇ ਨਾਲ ਬਣਦਾ ਵਾ ਬਾਜੀ ਪਤੀਸਾ ਤੁਸੀਂ ਫਿਰ ਉਹੀ ਬੱਚਿਆਂ ਦੀ ਗੱਲ ਕਰਨ ਡੇ ਚਲੋ ਮੇਰੇ ਕੋਲ ਹੋਰ ਬਹੁਤ ਸ਼ੈਵਾਂ ਹੈਗੀਆਂ ਹਨਾ ਚਲੋ ਉਹ ਵੀ ਦਿਖਾ ਦਿਓ ਉਹ ਵੀ ਦਿਖਾ ਦਿਓ ਲੈ ਕੇ ਆਂਦੀ ਆ ਔਰ ਤੋਂ ਪਤੀਸਾ ਲਾਜ਼ਮੀ ਬਣੇਗਾ ਦੇਖ ਉਹ ਮਿਲ ਜੇਗਾ ਭੈਣ ਕੁਝ ਲਿਆ ਆ ਕਿ ਤੁਸੀਂ ਅੱਛਾ ਅੱਛਾ ਮੈਂ ਲੈ ਕੇ ਆਂਦੀ ਹੁਣ ਹੀ ਲੈ ਕੇ ਆਂਦੀ ਆ ਤਾਂ ਸੇ ਚਲੋ ਚਲੋ ਦੋਇਆ ਦੋਇਆ ਲੈ ਲੈ ਲੋ ਆ ਪਲਾਸਟਿਕ ਦੱਸ ਉਹ ਪਤਾ ਨਹੀਂ ਜਾ ਕੇ ਸੌਂ ਗਈ ਅੰਦਰ ਬਾਹਰ ਮਾੜੇ ਬੰਦੇ ਦਾ ਖਿਆਲ ਹੀ ਨਹੀਂ ਮੈਂ ਆ ਗਈ ਹਾਂ ਹੁਣ ਐਸੀ ਸ਼ੈ ਵੀ ਤਾਂ ਲਿਆਉਣੀ ਸੀ ਜਿੱਥੇ ਤੁਸੀਂ ਮੰਨ ਜਾਓ ਹਨਾ ਹਾਂਜੀ ਅਤੇ ਮੈਂ ਕਹਿੰਦੀ ਹਾਂ ਇੱਥੇ ਤੁਸੀਂ ਮੰਨ ਨਹੀਂ ਜਾਣਾ ਵਾ ਮੰਨ ਜੋ ਸਮਾਨ ਤਾਂ ਲਿਆਓ ਬਾਜੀ ਆ ਲਓ ਆ ਲਓ ਉਹ ਕੋਈ ਗੱਲ ਨਹੀਂ ਆਹ ਵਾਹ ਵਾਹ ਸਾਰੇ ਆ ਆ ਫੜੋ ਜ਼ਰਾ ਇੱਕ ਆ ਦੋ ਆ ਤਿੰਨ ਬਾਜੀ ਚਾਰ ਹੋ ਗਏ ਚਾਰ ਆ ਪੰਜ ਹਾਂਜੀ ਛੇ ਸੱਤ ਹਨਾ ਇੱਕ ਹਫ਼ਤੇ ਦਾ ਪਤੀਸਾ ਦੇ ਦਿਓ ਮੈਨੂੰ ਸੱਤ ਦਿਨਾਂ ਦਾ ਇਹਦੇ ਤੋਂ ਹਾਂ ਤੇਰਾ ਦਿਮਾਗ ਠੀਕ ਆ ਜਾਂ ਮਤਲਬ ਤੂੰ ਮਜ਼ਾਕ ਲੱਗੀ ਕੰਮ ਦਾ ਟਾਈਮ ਆ ਟਿਸ਼ੂ ਤੂੰ ਲਿਆ ਕੇ ਮੈਨੂੰ ਦੇ ਦਿੱਤੇ ਆ ਵੀ ਮੈਂ ਇੱਥੇ ਕੀ ਕਰਨ ਕੀ ਦਿਆਂ ਪਰਸੀਨਾ ਆਉਣ ਡਿਆ ਮੈਨੂੰ ਵੀ ਮੈਂ ਰੋਟੀਆਂ ਲਾਉਣ ਡਿਆ ਤਾਂ ਮੀਂਟ ਪਤਾ ਸਾਫ਼ ਕਰਕੇ ਪਹਿਲੇ ਰੱਖੀ ਜਾਣਾ ਇਹਨਾਂ ਨੂੰ ਗੱਲ ਉਹ ਕਰ ਭੈਣ ਜਿਹੜੀ ਬਣਦੀ ਆ ਵੀਰੇ ਨਾ ਇੰਜ ਇੰਜ ਕਰ ਕਾਲੇ ਹੋ ਜਾਣਗੇ ਲੈ ਕਾਲੇ ਤਾਂ ਤੈਨੂੰ ਕਿਹਨੇ ਕਿਹਾ ਦੇ ਹੈਂ ਤੂੰ ਪਤਾ ਨਹੀਂ ਦਿਮਾਗ ਖਰਾਬ ਕਰਨ ਨਹੀਂ ਸਾਡਾ ਆਪੇ ਕੰਮ ਅਗਲੇ ਬੰਦੇ ਦਾ ਅਹਿਸਾਸ ਕਰਨਾ ਚਾਹੀਦਾ ਵੀ ਇਹ ਰੋਜ਼ੀ ਦਾ ਜੈਮ ਆ ਤੂੰ ਪਤਾ ਨਹੀਂ ਕੀ ਲਿਆ ਕੇ ਦੇਈ ਜਾਣ ਨਹੀਂ ਤੁਹਾਨੂੰ ਹਰ ਵਧੀਆ ਸ਼ਹਿਰ ਤੋਂ ਪਤੀਸਾ ਮਿਲਦਾ ਤੁਸੀਂ ਆਪੇ ਤਾਂ ਕਿਹਾ ਸੀ ਮੈਨੂੰ ਉਹ ਵਧੀਆ ਤਾਂ ਕਿਹਾ ਵਧੀਆ ਵਾ ਇਹਨਾਂ ਨੂੰ ਵਧੀਆ ਕਿਹੜੀ ਸ਼ੈ ਹੁੰਦੀ ਆ ਲੈ ਇਹਨਾਂ ਤੋਂ ਵਧੀਆ ਕਿਹੜੀ ਸ਼ੈ ਹੁੰਦੀ ਆ ਵਧੀਆ ਹੋਵੇ ਤਾਂ ਮੈਂ ਤੈਨੂੰ ਕਹਾਂ ਵੀ ਠੀਕ ਮੈਂ ਦੇ ਦੇਣਾ ਤੈਨੂੰ ਆ ਫੜ ਚੱਲ ਲੈ ਕੇ ਲੈ ਦੱਸ ਦਿਮਾਗ ਖਰਾਬ ਕੀਤਾ ਵਾ ਅੱਛਾ ਨਹੀਂ ਵੀਰੇ ਗੁੱਸਾ ਨਾ ਕਰ ਲੈ ਗੁੱਸਾ ਹੀ ਕਰਨਾ ਹੋਰ ਮੈਂ ਕੀ ਇੱਥੇ ਮੰਜੀ ਡਾ ਕੇ ਤੈਨੂੰ ਦਵਾਵਾਂ ਦਵਾ ਮੇਰੇ ਕੋਲ ਨਾ ਹੋਰ ਬਹੁਤ ਸ਼ੈਵਾਂ ਕੰਮ ਦੀਆਂ ਵਾ ਹੁਣ ਕੰਮ ਦੀ ਸ਼ੈ ਲਿਆਈ ਨੇ ਤੇ ਮੈਂ ਆਪ ਕੰਮ ਕਰਨ ਅੱਗੇ ਚੱਲ ਜਾਣਾ ਕਿਤੇ ਵੀਰੇ ਵੀਰੇ ਵੈਸੇ ਇਹ ਵੀ ਕੰਮ ਦੀ ਸ਼ੈ ਸੀ ਓਏ ਆ ਵੇ ਭੈਣ ਮੇਰੀ ਇਹ ਜਾ ਦਿਮਾਗ ਨਾ ਖਰਾਬ ਕਰੀ ਨਹੀਂ ਜਿੰਨਾ ਚੋੜਾ ਨੱਕ ਆ ਨਾ ਤੁਹਾਡਾ ਇਹ ਕੰਮ ਹੀ ਆਣੇ ਸੀ ਤੇ ਨੱਕ ਕਿਤੇ ਵਗਣ ਡਿਆ ਵਾ ਸੀਣ ਵਗਣ ਡਿਆ ਵੀ ਉੱਥੇ ਮੈਂ ਸਾਫ਼ ਕਰਕੇ ਸੁੱਟੀ ਜਾਣੇ ਦੱਸ ਮੈਂ ਕਹਿੰਦੀ ਜਿੰਨਾ ਵਗਣਾ ਵਾ ਇਹ ਸ਼ਾਇਦ ਘੱਟ ਪੈ ਜਾ ਓ ਜਾ ਬੀਬੀ ਜਾ ਕੋਈ ਹੋਰ ਸ਼ੈ ਹੈ ਤੇ ਦੱਸ ਮੈਂ ਨਹੀਂ ਤਾਂ ਜਾਵਾਂ ਲੈ ਭੈਣ ਸੱਚੀ ਮਨ ਲੈਣ ਲੱਗਦਾ ਪੀਪਾ ਖੁੱਲ੍ਹਾ ਵਾ ਨੱਕ ਨਾ ਹੋ ਗਿਆ ਹੁਣ ਤੂੰ ਜਾਣਾ ਵਾ ਜਾਂ ਮੈਂ ਜਾਵਾਂ ਨਹੀਂ ਨਹੀਂ ਵੀਰੇ ਗੁੱਸਾ ਨਾ ਕਰ ਮੈਂ ਗੁੱਸਾ ਹੀ ਕਰਨਾ ਹੁਣ ਤੇਰਾ ਕੀ ਕਰਾਂ ਮੈਨੂੰ ਤੇ ਤੇਰੀ ਸਮਝ ਹੀ ਨਹੀਂ ਲੱਗਣ ਰਹੀ ਅੱਛਾ ਚੱਲ ਕੋਈ ਗੱਲ ਨਹੀਂ ਮੈਂ ਹੋਰ ਸ਼ੈ ਲਿਆਂਦੀ ਰੁਕ ਰੁਕ ਲੈ ਰੁਕ ਰੁਕ ਮੈਂ ਗੱਲ ਹੈ ਕਰਨ ਵਾਲੀ ਦਿਮਾਗ ਖਰਾਬ ਕੀਤਾ ਵਾ ਪਤਾ ਨਹੀਂ ਕਿੱਥੇ ਰਹਿ ਗਈ ਲੈ ਭੈਣ ਮੈਂ ਆ ਗਈ ਹਾਂ ਆ ਗਈ ਆ ਤੇ ਮੈਨੂੰ ਵੀ ਤਾਂ ਤੋਰਨਾ ਕੋਈ ਦੱਸ ਕਰਨਾ ਹੁਣ ਕੀ ਹੈ ਤੇ ਕੋਈ ਕਿਹੜਾ ਸਮਾਨ ਹੁਣ ਮੈਂ ਐਸੀ ਵਧੀਆ ਵਧੀਆ ਸ਼ੈਵਾਂ ਲੈ ਕੇ ਆਇਆ ਤੁਸੀਂ ਇਨਕਾਰ ਹੀ ਨਹੀਂ ਕਰ ਸਕਦੇ ਸ਼ੈਵਾਂ ਤੋਂ ਇਨਕਾਰ ਤੇ ਭੈਣ ਮੈਂ ਨਾ ਕਰਾਂਗਾ ਜੇ ਚੰਗੀ ਹੋਏਗੀ ਸ਼ਾਇਦ ਨਹੀਂ ਨਾ ਇਨਕਾਰ ਕਰਾਂਗਾ ਸਾਰੀਆਂ ਚੰਗੀਆਂ ਸਾਰੀਆਂ ਅੱਛਾ ਹਾਂ ਵੈਰੀ ਗੁੱਡ ਆਹ ਦੇਖੋ ਕਿੱਡੀ ਚੰਗੀ ਆ ਖੋਲ ਕੇ ਦੇਖੋ ਰੰਗ ਕਿੱਡੇ ਸੋਹਣੇ ਆ ਨਾ ਨਹੀਂ ਰੰਗ ਤੇ ਸੋਹਣੇ ਆ ਸਿਵਾਏ ਤੁਹਾਡੇ ਰੰਗ ਪਰ ਭੈਣ ਇਹ ਕਰਨਾ ਕੀ ਹੈ ਹੋਰ ਕੀ ਹੈ ਤੇਰੇ ਕੋ ਆਹ ਦੇਖੋ ਬ੍ਰਸ਼ ਵੀ ਆ ਇਹਦੇ ਨਾਲ ਮੇਕਅਪ ਹੁੰਦਾ ਐਡਾ ਸੋਹਣਾ ਬਹੁਤ ਮਹਿੰਗਾ ਲਿਆ ਸੀ ਇੱਥੋਂ ਦੇ ਦਿਓ ਪਤੀਸਾ ਕੀ ਚਾਹਤ ਬਲੋਜ ਨਾ ਮੈਂ ਫਿਰਦਾ ਵਾਂ ਹੈਂ ਵੀ ਤੂੰ ਮੈਨੂੰ ਮੇਕਅਪ ਦਾ ਸਮਾਨ ਦੇਣ ਨਹੀਂ
ਜਾਂ ਪਾਰਲਰ ਹੈ ਮੇਰਾ ਵੀ ਮੈਂ ਪਾਰਲਰ ਦੇ ਵਿੱਚ ਚੀਜ਼ਾਂ ਰੱਖ ਲਵਾਂਗਾ, ਤੈਨੂੰ ਪਤੀਸਾ ਦੇ ਦਾਂਗਾ, ਜਾਂ ਮਹਿਕ ਮਲਕ ਦਾ ਸ਼ਗਿਰਦ ਦੇਵਾਂ ਮੈਂ, ਮੈਨੂੰ ਕਹਾਂ ਮੈਡਮ ਮੈਂ ਆਪਕੋ ਖੁਦ ਤਿਆਰ ਕਰਤਾ ਹੂੰ। ਹੈਂ ਉਹ ਗੱਲ ਬੀਬੀ ਉਹ ਕਰ ਜਿਹੜੀ ਕਰਨ ਵਾਲੀ ਬਣਦੀ ਆ। ਹੈਂ ਆਪੇ ਤੁਸੀਂ ਕਿਹਾ ਸੀ ਕੰਮ ਦੀ ਸ਼ੈ, ਮੇਰੇ ਤੇ ਇਹੀ ਸਭ ਤੋਂ ਕੰਮ ਦੀ ਉਹ ਕੰਮ ਦੀ ਸ਼ੈ, ਕੋਈ ਬਰਤਨ ਲਿਆ, ਕੋਈ ਲੋਹਾ ਲਿਆ, ਕੋਈ ਲੈਲਣ ਲਿਆ। ਅੱਛਾ ਇਹਨੂੰ ਛੱਡੋ, ਆਹ ਕੰਮ ਦੀ ਆ ਤੁਹਾਡੇ, ਆਹ ਦੇਖੋ ਇਹਦੇ ਰੰਗ ਬਹੁਤੇ ਸੋਹਣੇ, ਇਹ ਕੰਮ ਦੀ ਆ, ਇਹ ਪੁੱਠੀ ਆ ਸਿੱਧੀ ਖੋਲੋ ਐਂਜੇ, ਹੈ ਨਾ, ਪਾਰਾ ਵੀ ਆ ਇਹਦੇ ਵਿੱਚ, ਦੇਖੋ ਗਲੀਡਰ ਵਾਲੀ ਵੀ ਆ। ਉਹ ਮੇਰੇ ਕੇਸ ਕੰਮ ਹੈਗੀਆਂ ਚੀਜ਼ਾਂ, ਆ ਪਲਾਸਟਿਕ ਦੇ ਸਾਰਾ ਜੇ ਕੋਈ 10 ਰੁਪਏ ਵੀ ਨਹੀਂ ਇਹਦੇ ਬਣਦੇ, ਤੈਨੂੰ ਮੈਂ ਕਿਹੜੀ ਸ਼ੈ ਦੇ ਦੇਵਾਂ, ਦਿਮਾਗ ਤੂੰ ਖਰਾਬ ਕੀਤਾ ਮੇਰਾ, ਮੈਨੂੰ ਜਾਣ ਦੇ ਨਾ, ਤੂੰ ਜਾਣ ਦੇ, ਇਹ ਨਾਸਾਂ 'ਚ ਲੈ ਲਵਾਂ ਮੈਂ, ਇਹ ਬਹੁਤ ਕੰਮ ਦਾ ਵਾ। ਕਾਹਦੀ ਕੰਮ ਦੀ, ਵੀ ਕੋਈ ਸੁਰਾਖ ਬਣਾਉਣੇ, ਮੈਂ ਕਢਾਈ ਦਾ ਕੰਮ ਕਰਨਾ, ਵੀ ਐਂ ਕਰਕੇ ਮੈਂ ਸੁਰਾਖ ਕਰੀ ਜਾਣੇ, ਇਹ ਤਾਂ ਸੋਚਿਆ ਨਹੀਂ ਇਸ ਕੰਮ ਵੀ ਆ ਸਕਦਾ ਵਾ ਵੈਸੇ ਤਾਂ। ਲੈ ਉਹ ਭੈਣ ਜਾਂ ਖਜਾਉਣ ਵਾਲੇ ਕੰਮ ਨਾ ਕਰ, ਵੀ ਕੋਈ ਕਿਸੇ ਕੰਮ ਹੀ ਹੈ ਨਹੀਂ ਕੋਈ ਸ਼ੈ ਵਾਲੀ, ਇਹ ਕੋਈ ਕੰਮ ਦੀ ਸ਼ੈ ਹੋਵੇ ਬੰਦਾ ਰੱਖ ਵੀ ਲੈਂਦਾ ਵਾ, ਆ ਫੜ ਆਪਣੀਆਂ ਚੀਜ਼ਾਂ ਲੈ। ਮੈਂ ਕਹਿੰਦੀ ਬਾਅਦ 'ਚ ਤੁਸੀਂ ਪਛਤਾਓ, ਜਾ ਕੰਮ ਕਰ ਪਛਤਾਓ, ਕਹਿੰਦਾ ਵੀ ਇਹਨਾਂ ਦੇ ਵਿੱਚ 2-2 ਹਜ਼ਾਰ ਰੁਪਈਏ ਫਸਾਇਆ ਵਾ, ਹੈਂ ਵੀ ਮੈਂ ਤੈਨੂੰ ਵਾਪਸ ਕਰਦੇ ਬਾਅਦ ਮੈਂ ਪਛਤਾਉਣਾ ਵਾ। ਆ ਕੰਮ ਦਾ ਸੀ, ਅੱਖਾਂ 'ਤੇ ਦੇਖੋ ਕਿੱਡਾ ਸੋਹਣਾ ਲੱਗਦਾ ਵਾ, ਬੁੱਢੀ ਨੂੰ ਭੈਣ ਤੇਰੇ ਲੱਗ ਰਿਹਾ ਵਾ, ਬੁੱਢੀ ਮੇਰੀ ਨੇ ਇਹੋ ਜਿਹੀਆਂ ਚੀਜ਼ਾਂ ਲਾਉਂਦੀ ਨਹੀਂ, ਉਹ ਦੇਸੀ ਜੀ ਹੈਗੀ ਆ, ਜਾ ਲੈ ਜਾਣ, ਮੇਰੇ ਦਿਮਾਗ ਖਰਾਬ ਕੀਤਾ। ਨਹੀਂ ਨਹੀਂ ਗੁੱਸਾ ਨਾ ਕਰੋ, ਮੈਂ ਉਹ ਗੁੱਸਾ ਹੀ ਕਰਨਾ, ਹੁਣ ਕੀ ਕਰਾਂ, ਮੈਨੂੰ ਇਹ ਤਾਂ 10 ਰੁਪਏ ਨੇ ਕੰਮ ਦਾ ਟਾਈਮ ਆ, ਤੇਰੀ ਸਮਝ ਨਹੀਂ ਆਉਂਦੀ ਗੱਲ ਕੋਈ। ਹੁਣ ਮੈਨੂੰ ਸਮਝ ਆ ਗਈ ਆ ਕਿ ਤੁਹਾਨੂੰ ਕੀ ਚਾਹੀਦਾ ਵਾ, ਹਾਏ ਹਾਏ ਮੈਨੂੰ ਥੋੜ੍ਹੀ ਲੇਟ ਵੀ ਇਹਦੇ ਸਮਝ ਆਉਂਦੀ, ਮੈਂ ਹੁਣ ਹੀ ਲੈ ਕੇ ਆਉਂਦੀ, ਟੈਨਸ਼ਨ ਨਾ ਲਓ। ਲੈ ਹੁਣ ਪੱਕਾ ਹੀ ਕੰਮ ਦੀ ਸ਼ੈ, ਰੁਕ ਜਾਓ ਜ਼ਰਾ। ਰੁਕ ਤਾਂ ਤੂੰ ਇੱਦਾਂ ਕਹਿੰਦੀ ਜਿਵੇਂ ਅੰਦਰੋਂ ਕੋਈ ਟੱਪ ਚਾਰ ਟੁੱਟੇ ਚੁੱਕ ਲਿਆਉਣੇ, ਕੋਈ ਕੈਨ ਚੁੱਕ ਲਿਆਉਣੀ, ਕੋਈ ਲੋਹਾ, ਕੋਈ ਗਾਟਰ 3-4 ਚੁੱਕ ਲਿਆਉਣੇ ਆ, ਦੱਸ ਬੰਦੇ ਦਾ ਕੰਮ ਦਾ ਟਾਈਮ। ਲੈ ਵੀਰੇ ਮੈਨੂੰ ਪਤਾ ਸੀ ਤੁਹਾਨੂੰ ਇਸੇ ਸ਼ੈ ਦੀ ਲੋੜ ਹੈ, ਜਿਹੜੀ ਹੁਣ ਲੈ ਕੇ ਆਈ ਆ। ਹਾਂ ਕਿੱਥੇ ਹੋ ਸ਼ੈ? ਆ ਲਓ ਨਹੀਂ ਸ਼ੈ, ਆ ਕੀ ਹੈ ਹੁਣ? ਪਾਣੀ ਤੋਂ ਪਤੀਸਾ ਦੇ ਦਿਓ ਮੈਨੂੰ, ਹੈ ਪਾਣੀ ਪੀ ਲਓ। ਪਾਣੀ ਤੋਂ ਪਤੀਸਾ ਦੇ ਦੇਵਾਂ ਤੈਨੂੰ? ਤੂੰ ਦੋਤੀ ਹੈ ਮੇਰੀ, ਵੀ ਤੈਨੂੰ ਮੈਂ ਪਾਣੀ ਤੋਂ ਪਤੀਸਾ ਦੇ ਦੇਵਾਂ, ਹੈ ਜਾਂ ਭਤੀਜੀ ਹੈ ਜੇ ਮੇਰੇ ਕੁੱਛੜ ਚੁੱਕਿਆ, ਮੈਂ ਤੈਨੂੰ ਪਾਣੀ ਤੋਂ ਪਤੀਸਾ ਫੜਾ ਦੇਵਾਂ, ਹੈ ਗੱਲ ਤੂੰ ਉਹ ਕਰ ਜਿਹੜੀ ਬਣਦੀ ਹੈ ਕਰਨ ਵਾਲੀ, ਆ ਪਾੜੇ ਨੂੰ ਉਹੀ ਦਿਮਾਗ ਖਰਾਬ ਕੀਤਾ ਉਹਨੂੰ। ਮੈਂ ਤੁਹਾਨੂੰ ਪੀਣ ਨੂੰ ਪਾਣੀ ਦੇ ਸਕਦੇ, ਤੁਸੀਂ ਮੈਨੂੰ ਖਾਣ ਨੂੰ ਪਤੀਸਾ ਨਹੀਂ ਦੇ ਸਕਦੇ? ਲੈ ਮੈਂ ਉੱਥੇ ਬਾਹਰੋਂ ਜਾ ਕੇ ਪਾਣੀ ਪੀ ਲਵਾਂਗਾ ਤੇਰੇ, ਪਾਣੀ ਤੋਂ ਪਤੀਸਾ ਦੇ, ਤੈਨੂੰ ਮੁਫ਼ਤ ਭਰੀਏ ਲਾਈ ਦੇਈ ਜਾਈਏ ਪਤੀਸਾ। ਵੀਰੇ ਇੱਕ ਗੱਲ ਪੁੱਛਾਂ ਵੈਸੇ ਮੈਂ? ਓਏ ਤੂੰ ਪੁੱਛੀ ਨਾ, ਤੇਰੀ ਗੱਲ ਪੁੱਛਣ ਵਾਲੀ ਹੈ ਹੀ ਕੋਈ ਨਹੀਂ, ਤੂੰ ਕੋਈ ਗੱਲ ਜੇ ਤੇਰੀ ਚੰਗੀ ਹੈ ਤਾਂ ਦੱਸ। ਨਹੀਂ ਆਹ ਨਹੀਂ ਚੰਗੀ ਆ। ਕਿਹੜੀ? ਪਤੀਸੇ ਨੂੰ ਕਦੀ ਹੱਥ ਨਹੀਂ ਸੀ ਲਾਇਆ। ਚਲੋ ਨਾਲੇ ਖਾਣਾ ਵੀ ਉਹਦੇ ਹੱਥ ਵੀ ਨਹੀਂ ਲਾਉਣਾ, ਐਡਾ ਤੈਨੂੰ ਚਾਹ ਚੜਿਆ ਪਤੀਸਾ ਤਾਂ ਉੱਥੇ ਕਿਤੇ ਬਾਹਰੋਂ ਜਾ ਕੇ ਲੈ ਆ। ਨਹੀਂ ਪਤੀਸਾ ਚਿੱਟਾ ਹੀ ਹੈ ਤੁਹਾਡੇ ਵਰਗਾ ਤਾਂ ਨਹੀਂ ਹੋ ਗਿਆ? ਉਹ ਪਤੀਸਾ ਚਿੱਟਾ ਹੀ ਹੁੰਦਾ ਵਾ ਜਾਂ ਯੈਲੋ ਕਲਰ ਦਾ ਪਤੀਸਾ ਹੁੰਦਾ ਵਾ ਜਾਂ ਸਕਿਨ ਕਲਰ ਦਾ ਹੁੰਦਾ ਵਾ? ਨਹੀਂ ਸਕਿਨ ਤਾਂ ਹੋ ਹੀ ਜਾਣਾ ਕਾਲਾ, ਬਲਕਿ ਹੋ ਜਾਣਾ ਤੁਹਾਡੇ ਹੱਥ ਲੱਗ ਗਿਆ। ਅਤੇ ਮੈਂ ਤੈਨੂੰ ਕਿਹਾ ਖੱਤ ਪਾਇਆ ਵੀ ਤੂੰ ਮੇਰੇ ਕੋਲ ਲੈ, ਮੈਂ ਤੈਨੂੰ ਫੋਨ ਕੀਤਾ ਪਤੀਸਾ ਮੇਰੇ ਕੋਲ ਲੈ, ਆਪ ਹੀ ਤੂੰ ਮੈਨੂੰ ਰੋਕਿਆ ਵਾ, ਜਾਂ ਮੈਂ ਤੈਨੂੰ ਮਤਲਬ ਕੋਈ ਇੱਥੇ ਤੇਰੇ ਬੂਹੇ ਦਾ 4 ਦਿਨ ਹੋ ਕੇ ਲੰਘਦਾ ਵੀ ਮੇਰੇ ਕੋਲ ਪਤੀਸਾ ਲੈ ਲਾ, ਤੇਰੀ ਭੈਣ ਤੇਰੀ ਮਿਹਰਬਾਨੀ ਹੈ। ਅੱਛਾ ਜਿਹੜਾ ਤੁਹਾਡੇ ਕੋਲ ਪਤੀਸਾ ਉਹ ਮਿੱਠਾ ਵਾ ਨਾ? ਉਹ ਮਿੱਠਾ ਹੀ ਹੁੰਦਾ ਵਾ, ਹੋਰ ਲੂਣਾ ਵੀ ਹੁੰਦਾ ਵਾ, ਜਾਂ ਕੋਈ ਨਮਕ ਮਿਰਚ ਪਾਈ ਹੁੰਦੀ ਹੈ, ਜਾਂ ਕੋਈ ਅਦਰਕ ਲਸਣ ਪਾਇਆ ਹੁੰਦਾ, ਘਿਓ ਦੀ ਤਰੀ ਬਣਾਈ ਹੁੰਦੀ ਉਹਦੇ ਉੱਤੇ, ਪਤੀਸਾ ਮਿੱਠਾ ਹੀ ਹੁੰਦਾ ਵਾ। ਉਂਝ ਤੈਨੂੰ ਪਤੀਸੇ ਦਾ ਚਾਅ ਚੜਿਆ ਤਾਂ ਪਤਾ ਹੈ ਨਹੀਂ ਵੀ ਮਿੱਠਾ ਜਾਂ ਲੂਣਾ ਹੁੰਦਾ। ਇੱਕ ਹੋਰ ਗੱਲ ਪੁੱਛਾਂ? ਤੂੰ ਪੁੱਛਣਾ ਕੀ ਹੈ ਮੇਰੇ ਕੋਲ, ਮੈਨੂੰ ਉਹ ਦੱਸ ਹੀ ਦੇ ਇੱਕ ਵਾਰੀ, ਮੈਂ ਮੋਟਰਸਾਈਕਲ ਸਾਈਡ 'ਤੇ ਲਾ ਕੇ ਤੇਰੇ ਕੋਲ ਬਹਿ ਹੀ ਜਾਂਦਾ ਵਾ। ਤੁਹਾਨੂੰ ਕਦੀ ਕਿਸੇ ਨੇ ਕਿਹਾ ਕਿ ਤੁਹਾਡਾ ਮੂੰਹ ਸਪੀਡ ਬ੍ਰੇਕਰ ਵਰਗਾ? ਚਲੋ ਮੈਨੂੰ ਸਿਰਫ ਲੋਕਾਂ ਨੇ ਇਹੀ ਕਹਿਣਾ ਵੀ ਤੇਰਾ ਫੇਸ ਸਪੀਡ ਬ੍ਰੇਕਰ ਵਰਗਾ ਵਾ, ਕੈਸੀ ਤੂੰ ਗੱਲ ਢੇਠੀ ਆ, ਤੂੰ ਘਟਣ ਹੀ ਨਹੀਂ ਦੇ ਕਿਸੇ ਪਾਸੋਂ। ਨਹੀਂ ਵੈਸੇ ਮੇਰੇ ਜ਼ਿਹਨ 'ਚ ਵੈਸੇ ਤੇਰੇ ਜ਼ਿਹਨ 'ਚ ਮੈਨੂੰ ਹੁਣ ਤੂੰ ਜਾਣ ਦੇਣਾ ਜਾਂ ਨਹੀਂ ਜਾਣ ਦੇਣਾ ਇਹ ਦੱਸ।
ਨਹੀਂ ਮੈਂ ਜਾ ਕਿਸੇ ਸਿਆਣੇ ਨੂੰ ਭੇਜ ਅੰਦਰੋਂ। ਨਹੀਂ ਮੇਰੇ ਤੋਂ ਕਿਹੜਾ ਸਿਆਣਾ ਵਾ, ਮੈਨੂੰ ਤਾਂ ਸਾਰੇ ਕਹਿੰਦੇ ਘਰ 'ਚ ਤੂੰ ਬੜੀ ਸਿਆਣੀ ਆ। ਤੂੰ ਸਿਆਣੀ ਆ, ਵਾਹ ਵਾਹ ਵਾਹ, ਤੂੰ ਚੰਗੇ ਘਰ ਦੀ ਮਸਤ ਲੱਗਣ ਨਹੀਂ ਮੈਨੂੰ, ਦੱਸ ਸਿਆਣੀ ਆ ਤੂੰ। ਅੱਛਾ ਹੁਣ ਮੈਂ ਨਾ ਆਉਂਦੀ ਆ, ਹੈ ਇੱਥੇ ਰੁਕਿਓ। ਹੁਣ ਮੈਂ ਐਸੀ ਕੀਮਤੀ ਸ਼ੈਅ ਲਿਆਉਣੀ ਆ, ਤੁਸੀਂ ਸੋਚ ਹੀ ਪੈ ਜਾਣਾ ਕਿ ਐਸੀ ਕੀਮਤੀ ਸ਼ੈਅ ਇਹ ਲਿਆਈ ਕਿੱਥੋਂ ਆ। ਹੁਣ ਪਤਾ ਚੱਲੇਗਾ ਮੈਂ ਕਿੰਨੀ ਸਿਆਣੀ। ਤੇ ਕੀਮਤੀ ਸ਼ੈਅ ਲਿਆਈ, ਹੁਣ ਕੋਈ ਐਸੀ ਜਾਹਲ ਚੀਜ਼ ਨਾ ਲਿਆਈ, ਮੈਂ ਤੈਨੂੰ ਬੋਲ ਕੇ ਜਾਵਾਂ, ਗੁੱਸੇ ਹੋਵਾਂ, ਅਤੇ ਗਲੀ ਮੁਹੱਲੇ ਵਾਲਾ ਕੋਈ ਤਮਾਸ਼ਾ ਵੇਖਣਗੇ। ਨਹੀਂ ਨਹੀਂ ਵੀਰੇ, ਡੇਢ ਘੰਟਾ ਹੋ ਗਿਆ ਤੇ ਮੇਰਾ ਇੱਥੇ ਟਾਈਮ ਜ਼ਾਇਆ ਕਰਤਾ ਵਾ। ਨਹੀਂ ਇਸ ਵਾਰੀ ਐਸੀ ਕੀਮਤੀ ਸ਼ੈਅ ਹੋਣੀ ਆ, ਤੁਸੀਂ ਦੇਖਦੇ ਹੀ ਰਹਿ ਜਾਣਾ, ਉਹਦੀ ਚਮਕ ਦੇਖਦੇ ਰਹਿਣਾ। ਉਹ ਵੇਖਦੇ ਕਿੱਦਾਂ ਰਹਿ ਜਾਣਾ ਕਿ ਵੀਸੀਆ ਲਾਇਆ ਹੋਣਾ, ਫਿਲਮ ਚੱਲਣ ਰਹੀ ਅੱਗੇ, ਵੀ ਮੈਂ ਫਿਲਮ ਵੇਖਣ ਡਿਆ, ਮੈਂ ਉਹਨੂੰ ਵੇਖੀ ਜਾਣ ਡਿਆ। ਹੈਂ ਦੱਸ ਵੀ, ਜਾਂ ਸਾਡੇ ਕੋਈ ਸਿੱਖ ਭਰਾ ਦੀ ਕੋਈ ਫਿਲਮ ਲੱਗੀ ਅੱਗੇ, ਮੈਂ ਬੜੇ ਚਾਅ ਨਾਲ ਵੇਖਣਾ, ਸਾਡੇ ਸਿੱਖਾਂ ਭਰਾਵਾਂ ਦੀ ਫਿਲਮ ਲੱਗੀ ਹੈ ਜੀ, ਕਿਆ ਵਾਦਾ, ਹੋਏ ਹੋਏ ਲੈ, ਬਹੁਤ ਅੱਛੇ ਵੀ ਤੇਰੇ, ਜਾ ਕੰਮ ਕਰ ਜਾ ਕੇ। ਵੀਰੇ ਹੱਸਿਆ ਨਾ ਕਰ, ਬਹੁਤ ਮਾੜਾ ਲੱਗਦਾ। ਮੈਂ ਕਦੋਂ ਇੱਥੇ ਹੱਸਣ ਡਿਆ ਵਾ, ਮੈਂ ਇੱਥੇ ਪੂੜੀ ਵਿਛਾਉਣ ਨੂੰ ਫਿਰਨ ਡਿਆ ਵਾ, ਹੈਂ, ਜੋ ਤੂੰ ਮੇਰਾ ਹਾਲ ਕਰ ਦਿੱਤਾ ਵਾ। ਵੀਰੇ ਇੰਝ ਕਿਉਂ ਲੱਗਦਾ ਸਭ ਪਕੜੋੜਿਆ ਹੋਇਆ ਬਾਂਦਰ ਹੁੰਦਾ? ਤੂੰ ਵੀਰੇ ਮੈਨੂੰ ਜਾਣ ਕਿਉਂ ਨਹੀਂ ਦੇਣੀ, ਮੈਂ ਕੋਈ ਰਿਸ਼ਤੇਦਾਰੀ ਹੈ ਤੇਰੀ ਮੇਰੇ ਨਾਲ, ਵੀ ਮੈਨੂੰ ਤੂੰ ਖਿਲਾ ਰਿਹਾ ਵਾ ਇੱਥੇ? ਨਹੀਂ ਰੁੱਕ, ਮੈਂ ਹੁਣ ਹੀ ਲੈ ਕੇ ਆਈ। ਵੀਰੇ ਰੁੱਕ ਜ਼ਰਾ, ਮੈਂ ਲੈ ਕੇ ਆਉਂਦੀ। ਰੁੱਕ, ਹੁਣ ਨਾ ਤੁਹਾਡਾ ਗਿਲਾ ਹੋਣਾ ਮੇਰੇ ਨਾਲ, ਨਾ ਸ਼ਿਕਵਾ ਹੋਣਾ ਵਾ। ਦੇਖ ਲਿਓ ਐਸੀ ਸ਼ੈ ਵਾ, ਐਸੀ ਕੀਮਤੀ ਸ਼ੈ ਵਾ, ਤੁਸੀਂ ਨਾ ਦੀਏ ਬਾਲ ਬਾਲ ਕੇ ਵੀ ਲੱਭੂਗੇ ਨਾ, ਲੱਭਣੇ ਹੀ ਕੋਈ ਨਹੀਂ ਆ। ਕੀ ਗੱਲ, ਠੀਪਾ ਗਵਾਚ ਗਿਆ ਮੇਰਾ ਜਾਂ ਨੱਗ ਗਵਾਚ ਗਿਆ ਵੀ ਦੀਵੇ ਬਾਲ ਬਾਲ ਕੇ ਮੈਂ ਲੱਭਣਾ ਵਾ? ਉਂਝ ਮੈਂ ਕਹਿਣ ਦਈ ਆ, ਮਿਸਾਲ ਦਿੰਦੇ ਹੁੰਦੇ ਸਿਆਣੇ। ਕੀ ਲਿਆਓ ਅੰਦਰੋਂ, ਕੀ ਲਿਆਉਂਦਾ ਹੁਣ? ਤੁਸੀਂ ਕਹਿਣਾ ਵਾ ਚੰਨ ਤਾੜੇ ਵੀ ਘੱਟ ਵਾ ਇਸ ਸ਼ੈ ਤੋਂ, ਐਸੀ ਸ਼ੈ ਕੀਮਤੀ, ਤੁਸੀਂ ਦੇਖਦੇ ਰਹਿ ਜਾਣਾ। ਹਾਂ ਸਹੀ, ਮੈਂ ਵੇਖਣਾ, ਨਹੀਂ ਤੇ ਮੈਂ ਉਹ ਕੁੱਤੀ ਚੀਕਾ ਐਸਾ ਪਾਉਣਾ ਹੀ ਤੇ ਬੂਹੇ ਕੇ ਸਾਰਾ ਮਹੱਲਾ ਵੇਖੇਗਾ, ਗੱਲ ਦੇਂਜ ਰੱਖੀ। ਨਹੀਂ ਵੀਰੇ ਚੀਕਾ ਕੁੱਤੀ ਛੱਡ ਦੇ, ਮੈਂ ਕਹਿੰਦੀ ਆ ਬਚਪਨ ਯਾਦ ਆ ਜਾਣਾ ਵਾ। ਅੱਛਾ ਹਾਂ, ਬਚਪਨੇ 'ਚ ਚੱਲ ਜਾਣਾ ਵਾ। ਵਾਹ, ਐਸੀ ਸ਼ੈ ਵਾ। ਚੱਲ ਠੀਕ ਹੈ, ਲਿਆ ਮੇਰੀ ਭੈਣ। ਆਹੋ, ਕੋਈ ਐਸੀ ਗੱਲ ਨਹੀਂ, ਅਕਸਰ ਹੁੰਦਾ ਨਾ ਇਨਸਾਨ ਦੀ ਸਭ ਤੋਂ ਕੀਮਤੀ ਹੁੰਦੀਆਂ ਯਾਦਾਂ ਬਚਪਨ। ਹਾਂਜੀ, ਤੁਹਾਨੂੰ ਬਚਪਨ ਯਾਦ ਆ ਜਾਣਾ, ਮਾਂ ਪਿਓ ਨਾਲ ਖੇਡਦੇ ਸੀ, ਵਿਹੜੇ 'ਚ ਖੇਡਦੇ ਸੀ। ਐਡੀ ਤੂੰ ਕਿਹੜੀ ਮੇਰੀ ਯਾਦਗਰੀ ਲਿਆਉਣੀ ਆ, ਵੀ ਜਿਵੇਂ ਮੈਂ ਕੋਮੇ ਜਾਂ ਤੂੰ ਮੈਨੂੰ ਯਾਦਗਰੀ ਕਰਾਉਣੀ, ਮੈਂ ਹਸਪਤਾਲ 'ਚ ਲੰਮੇ ਪਿਆ ਤੂੰ ਮੈਨੂੰ ਯਾਦ ਕਰਾਉਣੀ, ਹੈ ਵੀ ਮੈਂ ਸੱਟ ਲੱਗ ਗਿਆ ਮੈਨੂੰ 6 ਮਹੀਨੇ ਬਾਅਦ ਮੈਂ ਬੋਲਿਆ ਤੂੰ ਮੈਨੂੰ ਤਦ ਯਾਦ ਕਰਾਉਣੀ, ਹੈ ਜਾਂ ਤੂੰ ਕਿਤੇ ਬਚਪਨ 'ਚ ਮੇਰੇ ਨਾਲ ਬੈਂਟੇ ਖੇਡਦੀ ਨਹੀਂ ਮੈਨੂੰ ਬਚਪਨ ਸਾਰਾ ਯਾਦ ਕਰਾਉਣੀ, ਵੀ ਤੂੰ ਲਿਆ ਕੇ ਦੇ ਚੀਜ਼ ਵੀ ਆਹ ਚੀਜ਼ ਆ ਤੂੰ ਖੇਡ ਲੈ ਜਾ ਭਰਾ, ਇਹ ਤੋਂ ਮੈਨੂੰ ਕੁਛ ਦੇ ਜਾ ਨਾ, ਤੂੰ ਮੇਰੇ ਨਾਲ ਪੜ੍ਹਦੀ ਨਹੀਂ, ਨਾ ਤੂੰ ਮੇਰੀ ਮਹੱਲੇਦਾਰ ਆ, ਨਾ ਤੂੰ ਮੇਰੀ ਰਿਸ਼ਤੇਦਾਰ ਆ, ਕੋਈ ਤੇਰੀ ਮੈਨੂੰ ਸਮਝ ਨਹੀਂ ਲੱਗਣ ਡਈ। ਹੈ ਵੀਰੇ, ਪੈਰ ਟੈਰ ਥੱਲੇ ਆਇਆ? ਨਹੀਂ, ਮੂੰਹ ਤੇ ਸਿੱਧਾ ਕਰ ਲਿਆ। ਚਲੋ, ਉਹ ਮੂੰਹ ਨੂੰ ਕੀ ਆ, ਇਹਦੇ ਨਾਲ ਮੂੰਹ ਨਾਲ ਕੀ ਲਿੰਕ ਹੈਗਾ, ਤੂੰ ਆਪਣਾ ਸਮਾਨ ਲਿਆ, ਸਮਾਨ ਵੇਚ, ਮੇਰੇ ਕੋਲ ਪੈਸੇ ਲੈ ਜਾਂ ਪਤੀਸਾ ਲੈ ਤੇ ਜਾ। ਅੱਛਾ ਚਲੋ, ਹੁਣ ਆ ਸ਼ੈ ਲਵੋ ਪਤੀਸਾ ਨਾ, ਤੁਸੀਂ ਮੈਨੂੰ ਪੂਰਾ ਹੀ ਦੇ ਦੇਣਾ ਹਨਾ। ਪੂਰਾ ਕਿੱਦਾਂ ਦੇ ਦੇਣਾ ਮੈਂ ਤੈਨੂੰ, ਮਤਲਬ ਕਿਆ ਲਈ ਦੇ ਦੇਣਾ ਪੂਰਾ? ਕਿਲੋ ਦੇ ਦਿਓ ਨਾ, ਵੱਧ ਦਵੋ। ਐਡੀ ਤੂੰ ਮੇਰੇ ਨਾਲ ਫ੍ਰੀ, ਕਿਤੇ ਮੇਰੀ ਕਲੋਜ਼ ਕਿਤੇ ਤੂੰ, ਤੈਨੂੰ ਮੈਂ ਸਾਰਾ ਪਤੀਸਾ ਦੇ ਦੇਣਾ। ਸ਼ੈ ਐਡੀ ਕੀਮਤੀ ਆ ਤੇ 1 ਕਿਲੋ ਪਤੀਸਾ ਤੇ ਬਣਦਾ ਹੀ ਆ। ਤੇ ਐਡੀ ਕੀਮਤੀ ਸ਼ੈ ਵਾ, ਤੂੰ ਉਹਨੂੰ ਘਰ 'ਚ ਸਾਂਭ ਕੇ ਰੱਖ, ਨਾ ਕਿਤੇ ਕੱਢ ਬਾਹਰ, ਐਡੀ ਕੀਮਤੀ ਸ਼ੈ ਪਤੀਸੇ ਲਈ ਕੱਢਣੀ? ਨਹੀਂ ਵੀਰੇ, ਅੱਜ ਤੇ ਮੈਂ ਪਤੀਸਾ ਖਾਣੇ ਆ, ਤੂੰ ਛੱਡ ਹੁਣ ਗੱਲਾਂ, ਆ ਦੇਖ ਜ਼ਰਾ, ਦੇਖਦਾ ਹੀ ਰਹਿ ਜਾਏਗਾ, ਆ ਦੇਖ। ਆ ਕੀ ਹੈ? ਕੀਮਤੀ ਸ਼ੈ। ਇਹ ਕੀ, ਮੈਂ ਮਾਸ ਬਣਾ ਕੇ ਮੂੰਹ ਤੇ ਲਾ ਲਵਾਂ? ਮੂੰਹ ਤੇ ਵੀ ਲਾ ਸਕਦਾ, ਪੈਂਪਰ ਆ ਵੈਸੇ। ਹਾਂ, ਉਹ ਪੈਂਪਰ ਹੀ ਆ, ਲੇਕਿਨ ਤੇਰਾ ਕੰਮ ਬਣਦਾ ਵੈਸੇ ਕਰਨ ਵਾਲੀ ਗੱਲ? ਹੈਂ, ਆ ਇਸ ਕੰਮ ਲਈ ਤੂੰ ਮੈਨੂੰ ਇੱਥੇ ਡੇਢ ਘੰਟੇ 2 ਘੰਟੇ ਤੋਂ ਖਿਲਾ ਰਿਹਾ ਵਾ? ਸਹੀ ਸਹੀ ਦੱਸੋ, ਬਚਪਨ ਯਾਦ ਆਇਆ ਨਾ? ਆਇਆ ਨਾ? ਉਹ ਬਚਪਨ ਕਾਹਦਾ ਯਾਦ ਆਉਣਾ, ਫੜਨ ਬੀਬੀ, ਦਿਮਾਗ ਖਰਾਬ ਕੀਤਾ ਵਾ ਤੂੰ,
ਬੱਚੇ ਕਿੰਨੇ ਆ, ਬੱਚੇ ਦੱਸੇ, ਭੈਣ ਭਰਾ ਕਿੰਨੇ ਆ, ਮਾਂ ਕੀ ਕਰਦੇ, ਪਿਓ ਤੁਹਾਡੀ ਸ਼ਾਦੀ ਕੀ ਹੋਈ ਆ, ਭਾਬੀ ਦੋਰ ਫਿਟੇ ਮੂੰਹ ਐਸੇ ਕੰਮ ਦੇ ਬਈ ਵੀਰੇ, ਜਿਸ ਤਰ੍ਹਾਂ ਦਾ ਮੂੰਹ ਤੇ ਚੜਾ ਲਓ, ਸੋਹਣਾ ਲੱਗੇ ਮੂੰਹ ਤੇ, ਤੂੰ ਲੈ ਜਾ ਅੰਦਰ ਆਪਣੇ ਬੱਚਿਆਂ ਦੇ ਚੜਾ ਦੇ ਮੂੰਹ ਦੇ, ਹੈਂ ਉਹਨਾਂ ਦੀਆਂ ਚੀਜ਼ਾਂ ਲਿਆ ਕੇ ਤੂੰ ਵੇਚਣ ਨਹੀਂ, ਤੈਨੂੰ ਤਰਸ ਨਹੀਂ ਆਉਣ ਡਿਆ ਬੱਚਿਆਂ ਦੇ, ਉਹਦਾ ਪੈਂਪਰ ਘੱਟ ਜਾਏ, ਉਹਦਾ ਕੌਣ ਵਾਰਸ ਆ, ਭੁੱਖ ਲੱਗੀ ਪਤੀਸਾ, ਮੈਂ ਭੁੱਖ ਲੱਗੀ ਰੋਟੀ ਖਾ, ਜਾ ਮੇਰੀ ਭੈਣ ਦਾ ਜਾ, ਲੈ ਭੁੱਖ ਲੱਗੀ ਤੈਨੂੰ, ਦਿਮਾਗ ਖਰਾਬ ਕੀਤਾ ਤੂੰ, ਥੋੜ੍ਹਾ ਹੀ ਦੇ ਦੇ ਵੀਰੇ ਪਤੀਸਾ, ਤੈਨੂੰ ਤਾਂ ਕੁਛ ਵੀ ਨਹੀਂ ਦੇਣਾ ਮੈਂ, ਨਿਕਲ ਚੱਲ ਅੰਦਰ, ਦਿਮਾਗ ਖਰਾਬ ਕੀਤਾ, ਇੰਨਾ ਕੀ ਦੇ ਦੇ, ਇੰਨਾ ਕੁ ਕਾਹਦਾ ਦੇ, ਤਾਂ ਮੰਗਣ ਵਾਲੀ ਆ ਤੂੰ, ਤੈਨੂੰ ਮੈਂ ਇੰਨਾ ਕੁ ਦੇ ਦੇਵਾਂ ਵੀਰੇ, ਮੇਰੀ ਬਦਵਾ ਬਹੁਤ ਭੈੜੀ ਲੱਗ ਰਹੀ, ਬਦਵਾ ਦੇ ਦੇ ਤੂੰ ਮੈਨੂੰ ਇੱਥੋਂ ਜਾਣ ਦੇ, ਤੇਰੀ ਬਦਵਾ ਕਿਤੇ ਮਤਲਬ ਤੁਸੀਂ ਧਾਗਾ ਚੱਲਦਾ ਤੇਰਾ, ਤੇਰੀ ਬਦਵਾ ਮੈਂ ਵੇਖਾਂ, ਅੱਲਾ ਕਰੇ ਕਿ ਟੈਰ ਦੀ ਬਜਾਏ ਨਾ ਮੂੰਹ 'ਚ ਕੇਲ ਖੁੱਬਣ, ਮੈਂ ਤਾਂ ਟੈਰ ਦੀ ਬਦਵਾ ਦੇਣੀ ਸੀ, ਟੈਰ 'ਚ ਕੇਲ ਖੁੱਬੇ ਅਤੇ ਇਹ ਚੱਲ ਹੀ ਨਾ ਪਾਵੇ ਭਾਈ, ਸਹੀ, ਅੱਲਾ ਕਰੇ ਤੈਨੂੰ ਅਕਲ ਮੌਤ ਆ ਜਾਵੇ, ਤੈਨੂੰ ਸਹਿਨਸ ਆਵੇ ਵੀ ਕਿਸੇ ਮਾੜੇ ਬੰਦੇ ਨੂੰ ਰੋਕੀ ਦਾ ਨਹੀਂ ਹੁੰਦਾ, ਕੰਮ ਦਾ ਟਾਈਮ ਆ, ਤੂੰ ਐਵੇਂ ਬਹਿਸ ਪਾਈ ਮੇਰੇ ਨਾਲ, ਪਤੀਸਾ ਲੈਣਾ, ਪਤੀਸਾ ਲੈਣਾ ਤੂੰ, ਲੈਵੇਂ ਰਵੇਂ ਪਤੀਸਾ ਲੈਣ ਨੂੰ, ਸਾਰੇ 2 ਘੰਟੇ ਮੇਰੇ ਇੱਥੇ ਜ਼ਾਇਆ ਕਰ ਦਿੱਤੇ, ਤੂੰ ਕੰਮ ਦਾ ਟਾਈਮ ਆ, ਮੈਂ ਕੰਮ ਕਰਨਾ ਵਾ, ਜਾ ਚੱਲ ਜਾਂਦਾ, ਜਦ ਦਿਮਾਗ ਨਾ ਖਰਾਬ ਕਰੀ, ਇਹ ਨਾ ਬ੍ਰਾਂਡਡ ਲੋਕਾਂ ਨੂੰ ਪਤਾ ਹੁੰਦਾ ਇਹਦਾ ਕੀ ਕੰਮ ਆ, ਉਹ ਚੱਲ ਜਾ ਬੀਬੀ, ਇੱਥੋਂ ਐਡਾ ਕਿਤੇ ਬ੍ਰਾਂਡਡ ਚੜਿਆ ਤੈਨੂੰ, ਦੱਸ ਕੀ ਇਹੋ ਜਿਹਾ ਸ਼ਕਲਾ ਬਣਾਇਆ, ਮੈਨੂੰ ਡਰ ਲੱਗਦਾ, ਡਰ ਲੱਗਦਾ ਤੈਨੂੰ, ਮੈਂ ਰੋਕਿਆ ਵਾ ਵੀ ਰੋਕ ਮੈਨੂੰ, ਜਾ ਮਗਰੋਂ ਲੱਥ, ਮੈਂ ਕਿਸੇ ਹੋਰ ਨੂੰ ਪੈਂਪਰ ਦੇ ਕੇ ਪਤੀਸਾ ਲੈ ਲੱਗ ਗਿਆ, ਜਾ ਤੂੰ ਮਗਰੋਂ ਲੱਥ, ਦੱਸ ਯਾਰ ਕੰਮ ਦਾ, ਵੇ ਵੇ ਲੈ ਲੈਣ ਵੇ, ਸੁੱਕੀ ਰੋਟੀ ਵੇ।